ਜਿਹੜਾ ਬਿਆਨ ਬਾਦਲ ਸਾਹਿਬ ਨੇ ਅੱਜ ਦਿੱਤਾ ਵਾ ਇਹਨਾਂ ਨੂੰ ਉਦਣ ਦੇਣਾ ਚਾਹੀਦਾ ਸੀ ਜਿੱਦਣ ਆਰਟੀਕਲ 370 ਐਬਰੋਗੇਟ ਕੀਤਾ ਜੰਮੂ ਕਸ਼ਮੀਰ 'ਚ। ਉਦਣ ਸਭ ਤੋਂ ਵੱਡਾ ਹਮਲਾ ਮੋਦੀ ਸਾਹਿਬ ਦੀ ਸਰਕਾਰ ਨੇ ਜੰਮੂ ਕਸ਼ਮੀਰ ਦੇ ਘੱਟ ਗਿਣਤੀਆਂ ਅਤੇ ਮੁਸਲਮਾਨ ਵਰਗ 'ਤੇ ਕੀਤਾ ਸੀਗਾ, ਉਦਣ ਨਹੀਂ ਬੋਲੇ। ਉਸ ਤੋਂ ਬਾਅਦ CAA ਦਾ ਬਿੱਲ ਪਾਸ ਹੋਇਆ, ਉਦਣ ਫਿਰ ਇੱਕ ਹਮਲਾ ਹੋਇਆ ਅਲਪਸੰਖਿਅਕਾਂ ਅਤੇ ਮਾਈਨੋਰਿਟੀਜ਼ ਦੇ ਉੱਤੇ। ਉਸ ਤੋਂ ਪਹਿਲਾਂ ਮੌਬ ਲਿੰਚਿੰਗ ਹੋਈ, ਜ਼ਾਤ ਪਾਤ ਧਰਮ ਦੇ ਨਾਮ 'ਤੇ ਉੱਥੇ ਦੰਗੇ ਹੋਏ ਨੇ ਦਿੱਲੀ ਦੇ ਵਿੱਚ, ਕੋਈ ਲਫ਼ਜ਼ ਨਹੀਂ ਬੋਲੇ। ਹੁਣ ਕਿਉਂਕਿ ਬਾਦਲ ਸਾਹਿਬ ਦੀ ਆਪਣੀ ਸ਼ਾਖ ਸਿੱਖਾਂ ਵਿੱਚ ਗਿਰ ਚੁੱਕੀ ਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ, ਬਹਿਬਲ ਕਲਾਂ ਦੇ ਕਤਲ ਕਰਕੇ, ਮਾਫੀਆ ਟਾਈਪ ਰਾਜ ਕਰਕੇ ਆਪਣੀ ਗੁਆਚੀ ਹੋਈ ਸ਼ਾਖ ਨੂੰ ਬਹਾਲ ਕਰਨ ਵਾਸਤੇ ਹੁਣ ਉਹ ਘੱਟ ਗਿਣਤੀਆਂ ਦਾ ਢੰਡੂਰਾ ਪਿੱਟ ਰਹੇ ਨੇ। ਔਰ ਮੈਂ ਪੁੱਛਣਾ ਚਾਹੁੰਦਾ ਕਿ ਜੇ ਤੁਸੀਂ ਇੰਨੇ ਹੀ ਚਿੰਤਿਤ ਹੋ ਤਾਂ ਆਪਣੀ ਨੂੰਹ ਨੂੰ ਮੋਦੀ ਸਾਹਿਬ ਦੀ ਕੈਬਨਿਟ 'ਚੋਂ ਅਸਤੀਫਾ ਦਿਵਾਓ ਅਤੇ ਫਿਰ ਅਸੀਂ ਮੰਨਾਂਗੇ ਕਿ ਤੁਸੀਂ ਵਾਕਈ ਮਾਈਨੋਰਿਟੀਜ਼ ਦੇ ਹਕੂਕ ਵਾਸਤੇ ਸੰਜੀਦਾ ਹੋ। ਵੇਖੋ, ਠੀਕ ਹੈ, ਸਾਡਾ ਜਿਹੜਾ ਦੇਸ਼ ਆ ਉਹ ਸੈਕੂਲਰ ਦੇਸ਼ ਆ, ਸਾਰੇ ਧਰਮਾਂ ਦੇ ਲੋਕ ਇੱਥੇ ਰਹਿੰਦੇ ਨੇ। ਸੋ ਸਾਡੀ ਸੋਚ ਜਿਹੜੀ ਹੈ ਸਰਕਾਰਾਂ ਦੀ, ਚਾਹੇ ਸਾਡੀਆਂ ਸਟੇਟਾਂ ਨੇ, ਚਾਹੇ ਸਾਡੀ ਸੈਂਟਰ ਸਰਕਾਰ ਆ, ਸਾਰਿਆਂ ਦੀ ਸੋਚ ਜਿਹੜੀ ਹੈ ਸੈਕੂਲਰ ਹੋਣੀ ਚਾਹੀਦੀ ਹੈ, ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਬਹੁਤ ਵੱਡੀ ਸਾਡੀ ਪਾਪੂਲੇਸ਼ਨ, ਸਾਡੇ ਸਾਰੇ ਦੇਸ਼ਾਂ ਨਾਲੋਂ ਸਾਡਾ ਲੋਕਤੰਤਰ, ਸਾਡਾ ਹਿੰਦੁਸਤਾਨ ਸਾਰੇ ਦੇਸ਼ਾਂ ਦਾ ਵੱਡਾ ਲੋਕਤੰਤਰ ਸਾਡਾ ਹਿੰਦੁਸਤਾਨ ਹੈ। ਸਾਡੀ ਸੋਚ ਤਾਂ ਸੈਕੂਲਰ ਹੋਣੀ ਚਾਹੀਦੀ ਹੈ, ਤਾਂ ਹੀ ਸਰਕਾਰਾਂ ਚੱਲਦੀਆਂ।